ਪਿਆਰੇ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਜਨਮ ਦਾ ਰੱਖ ਲੈ ਆਪਣੀ ਕਿਰਪਾ ਦਾ, ਜਿੱਤ ਵਾਲੀ ਉਭਰੇ ਤੇਰੇ ਨਿਰਵਾਰ। ਤੀਜੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਮੁਖਾਰ ਦੇ ਤੋਂ ਜਾਣ ਪਾਵੇ ਸ਼ਬਦ ਪਿਆਰ ਦੇ ਨਾਲ ਆਪ ਸ਼ਬਦ ਕਰ ਰਹੇ ਸੀ। ਉਸ ਵਾਹਿਗੁਰੂ ਉਸ ਦਾਤੇ ਅੱਗੇ ਜੋ ਸਰਵ ਕਲਾ ਸਮਰੱਥ ਹੈ ਉਹਦੇ ਅੱਗੇ ਜੋਦੜੀਆਂ ਕਰ ਰਹੇ ਤੀਜੇ ਪਾਤਸ਼ਾਹ, ਕਿਸ ਜਗਤ ਦੇ ਬੰਦੇ ਨੂੰ ਯਾਨੀ ਈਰਸ਼ਾ ਦੁਸ਼ ਵਿੱਚ ਭਰੀ ਇਸ ਸਾਰੀ ਖਲਕਤ ਨੂੰ ਆਪਣੇ ਨਾਮ ਦੀ ਦਾਤ ਬਖਸ਼ ਕੇ ਠੰਡ ਲੈਂਦਾ। ਇਹ ਬੇਨਤੀਆਂ ਜੋਦੜੀਆਂ ਅਤੇ ਜਿੱਤ ਦੁਆਰੇ ਹੋਵੇ ਵਾਹਿਗੁਰੂ ਜੀ, ਜਿਸ ਵੀ ਧਰਮ ਮਾਰਗ ਦੇ ਨਾਲ ਇਸ ਮਨੁੱਖਤਾ ਦਾ ਕਲਿਆਣ ਹੋ ਸਕੇ ਉਸ ਮਾਰਗ ਨਾਲ ਕਲਿਆਣ ਕਰੋ। ਕਿਸੇ ਧਰਮ ਦੀ ਗੱਲ ਨਹੀਂ ਕੀਤੀ, ਕਿਸੇ ਵਿਸ਼ੇਸ਼ ਕਿਸੇ ਦਾ ਨਾਮ ਨਹੀਂ ਕਿਹਾ, ਪਰ ਵਾਹਿਗੁਰੂ ਜੀ ਤੁਸੀਂ ਕਿਰਪਾ ਕਰੋ, ਤੁਸੀਂ ਰਹਿਮਤ ਕਰੋ, ਤੁਸੀਂ ਤਰਸ ਕਰੋ, ਇਸ ਜਗਤ ਦੇ ਵਿੱਚ ਠੰਡ ਵਰਤਾਓ ਅਤੇ ਜਿਸ ਵੀ ਮਾਰਗ ਕਰਕੇ ਆਪ ਸਬਕ ਬਣਾ ਕੇ ਆਪ ਕਿਰਪਾ ਕਰੋ। ਅਰਦਾਸ ਦਰਸ਼ਨ ਰੂਪ ਅਭਿਆਸ ਪੁਸਤਕ ਡਾਕਟਰ ਜਸਵੰਤ ਸਿੰਘ ਬੇਦੀ ਜੀ ਦੇ ਲਿਖਤ, ਉਸਨੂੰ ਆਪਾਂ ਪੜ੍ਹ ਸੁਣ ਰਹੇ ਹਾਂ। ਅੱਜ ਆਪਾਂ ਰੋਟੀ ਮੋੜ ਅਧਿਆਏ 54 ਅਧਿਆਏ ਜੋ ਹੈ ਉਹ ਸ਼ੁਰੂ ਕਰਨਾ ਹੈ। ਉਸ ਦੇ ਵਿੱਚ ਜੋ ਆਪਾਂ ਵਾਹਿਗੁਰੂ ਦੇ ਅੱਗੇ ਅਰਦਾਸ ਕਰਦੇ ਹੋਏ, ਜੋਦੜੀਆਂ ਕਰਦੇ ਹੋਏ, ਜਿੱਥੇ ਆਪਾਂ ਅਧਿਆਏ ਪੜ੍ਹ ਰਹੇ ਸੀ ਇਸ ਤੋਂ ਪਿਛਲੇ ਵਾਲਾ, ਉਸ ਵਿੱਚ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਉਸ ਖਾਲਸੇ ਲਈ ਅਰਦਾਸ ਹੈ, ਖਾਲਸੇ ਵੱਲੋਂ ਅਰਦਾਸ ਹੈ ਕਿ ਉਹਨਾਂ ਨੂੰ ਵਾਹਿਗੁਰੂ ਜੀਓ ਆਪ ਉਹਨਾਂ ਧਰਮ ਸਥਾਨਾਂ ਦੇ ਸੇਵਾ ਸੰਭਾਲਤਾ ਦਾ ਦਾਨ ਬਖਸ਼ੋ। ਅੱਜ ਜਦੋਂ ਅਧਿਆਇ ਹੈ ਕਲਾ ਵਾਹਿਗੁਰੂ ਦੀ ਵਰਤੇ, ਅਤੇ ਸਾਸਨ ਜੀ ਉਹ ਸਰਵ ਕਲਾ ਸਮਰੱਥ ਹੈ, ਇਸ ਲਈ ਕਲਾ ਉਸੇ ਦੀ ਵਰਤਦੀ ਹੈ। ਬੰਦਾ ਹੀ ਗੁਸਤਾਖੀ ਕਰਦਾ ਹੈ ਅਤੇ ਕਦੇ ਕਦੇ ਵੀ ਅਕਸਰ ਉਸਦੇ ਮਨ ਵਿੱਚ ਇਹ ਰਹਿੰਦਾ ਹੈ ਕਿ ਇਹ ਮੇਰੇ ਕਰਕੇ ਹੋਇਆ ਹੈ, ਪਰ ਹਿਰਦੇ ਕਰਕੇ ਜਦੋਂ ਇਸ ਤਰ੍ਹਾਂ ਦੀ ਜੋਦੜੀ ਹੁੰਦੀ ਹੈ, ਅਰਦਾਸ ਬੇਨਤੀ ਹੁੰਦੀ ਹੈ, ਅਤੇ ਉਹ ਵਾਹਿਗੁਰੂ ਸਬਬ ਵਸੀਲੇ ਬਣਾ ਕੇ ਅਤੇ ਸਾਰੇ ਕਾਰਜ ਰਾਸ ਕਰਦਾ ਹੈ। ਅਰਦਾਸ ਮਨੁੱਖ ਦਾ ਤਰਲਾ ਹੈ, ਜੋਰ ਨਹੀਂ ਹੈ, ਤਰਲਾ ਹੈ, ਜੋਦੜੀ ਹੈ, ਮਿੰਨਤ ਹੈ ਉਸ ਵਾਹਿਗੁਰੂ ਦੇ ਅੱਗੇ ਅਤੇ ਉਹ ਪ੍ਰਵਾਨ ਕਰ ਲਵੇ, ਉਹਦੀ ਮੌਜ ਹੈ। ਇਸ ਲਈ ਸਾਸਨ ਜੀ ਕਹਿੰਦੇ ਅਰਦਾਸ ਜਿਹੜੀ ਹੈ ਉਹ ਮਨੁੱਖ ਦਾ ਤਰਲਾ ਹੈ, ਕਲਾ ਜਾਂ ਸ਼ਕਤੀ, ਇਸ ਵਿੱਚ ਵਾਹਿਗੁਰੂ ਜੀ ਹੀ ਵਰਤਦੀ ਹੈ। ਮਨੁੱਖਤਾ ਨਿਰਬਲ ਜੀਵ ਹੈ, ਇਸ ਦਾ ਆਪਣਾ ਕੋਈ ਬਲ ਨਹੀਂ ਹੈ, ਬੇਸ਼ੱਕ ਆਪਾਂ ਸੋਚ ਲੈਂਦੇ ਹਾਂ, ਪਰ ਸਾਸਨ ਜੀ ਇਹ ਨਿਰਬਲ ਜੀਵ ਹੈ, ਅਲਪੰਗ ਹੈ। ਇਸਨੂੰ ਜੇ ਉਸ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਵੇ ਤਾਂ ਉਹ ਚੀਂਟੀ ਯਾਨੀ ਕੀੜੀ ਵਰਗੇ ਛੋਟੇ ਤੋਂ ਛੋਟੇ ਪ੍ਰਾਣੀ ਵਿੱਚ ਵੀ ਇਤਨੀ ਕਸ਼ਮਤਾ ਭਰ ਦੇਵੇ ਕਿ ਉਹ ਕਰੋੜਾਂ ਲਸ਼ਕਰਾਂ ਨੂੰ ਨਾਸ਼ ਕਰ ਦੇਵੇ, ਅਤੇ ਜੇ ਕਿਰਪਲ ਖਿੱਚੇ ਤਾਂ ਵੱਡੇ ਵੱਡੇ ਜਿਹੜੇ ਰਾਜਾ ਨੇ, ਹੋਰ ਯੋਧਾ ਨੇ, ਸੂਰਮੇ ਨੇ, ਉਹਨਾਂ ਦੀ ਤਾਕਤ ਉਹਨਾਂ ਦੀ ਸੱਤਾ ਖਿੱਚ ਲਵੇ ਤਾਂ ਕੁਝ ਵੀ ਕਰਨ ਜੋਗੇ ਨਹੀਂ ਰਹਿੰਦੇ। ਪਰ ਬੰਦਾ ਇਸ ਗੱਲ ਨੂੰ ਜਿੰਨੇ ਤੱਕ ਨਹੀਂ ਸਮਝਦਾ ਉਨੇ ਤੱਕ ਤਾਂ ਉਹ ਆਪਣਾ ਜ਼ੋਰ ਅਜਮਾਇਸ਼ ਕਰਦਾ ਹੈ, ਪਰ ਜਦੋਂ ਉਸਨੂੰ ਗੁਰ ਕਿਰਪਾ ਸਦਕੇ ਸਮਝ ਆਉਂਦੀ ਹੈ ਕਿ ਉਹ ਕਰਨ ਕਰਾਉਣ ਵਿੱਚ ਸਮਰੱਥ ਉਹ ਮਾਲਕ ਹੈ, ਉਸਦੇ ਅੱਗੇ ਤਰਲਾ ਹੈ ਜੀਵ ਦਾ, ਮਿੰਨਤ ਹੈ, ਮੰਨਤ ਹੈ, ਵਾਹਿਗੁਰੂ ਦੇ ਅੱਗੇ ਜੋਦੜੀਆਂ ਨੇ, ਬੇਨਤੀਆਂ ਨੇ, ਅਰਦਾਸਾਂ ਨੇ। ਕਹਿੰਦੇ ਅਰਦਾਸ ਮਨੁੱਖ ਦਾ ਤਰਲਾ ਹੈ, ਕਲਾ ਤਾਂ ਜਾਂ ਸ਼ਕਤੀ ਜਿਹੜੀ ਹੈ ਇਸ ਵਿੱਚ ਵਾਹਿਗੁਰੂ ਜੀ ਦੀ ਵਰਤਦੀ ਹੈ। ਮਨੁੱਖ ਤਾਂ ਨਿਰਬਲ ਜੀਵ ਹੈ, ਇਸਦਾ ਕੀਤਾ ਕੀ ਹੋ ਸਕਦਾ ਹੈ, ਸਭੋ ਕੁਝ ਮਾਲਕ ਦੀ ਮਰਜ਼ੀ ਨਾਲ ਉਸਦੀ ਸ਼ਕਤੀ ਨਾਲ ਹੀ ਹੋ ਰਿਹਾ ਹੈ, ਅਸੀਂ ਕੀ ਕਰ ਸਕਦੇ ਹਾਂ। ਹੁਣ ਸਾਸਨ ਜੀ ਕੁਸ਼ਚਨ ਮਾਰਕ ਲਗਾਇਆ,
ਅਸੀਂ ਕੀ ਕਰ ਸਕਦੇ ਹਾਂ, ਸਾਡੀ ਸਮਰੱਥਾ ਕੀ ਹੈ? ਉਹ ਮਾਲਕ ਜੇ ਬਲ ਨਾ ਦੇਵੇ ਤਾਂ ਸਾਸਮੀ ਅਸੀਂ ਕੀ ਕਰ ਸਕਦੇ ਹਾਂ, ਸਾਡੀ ਕੀ ਸਮਰੱਥਾ ਹੈ? ਅਤੇ ਜਦੋਂ ਇਹ ਸਮਝ ਆਵੇ ਗੁਰੂ ਕਿਰਪਾ ਸਦਕੇ ਤਾਂ ਫਿਰ ਆਪਾਂ ਜਾਂਚਣਾ ਵੀ ਉਸੇ ਕੋਲ ਕਰਾਂਗੇ ਨਾ, ਜੋ ਸਭ ਕੁਛ ਕਰਨ ਅਤੇ ਕਰਾਉਣ ਲਈ ਸਮਰੱਥ ਹੈ। ਕੀਤਾ ਕਰਨਾ ਸਰਵ ਰਜਾਈ ਵਿੱਚ ਕੀਚੇ ਜੇ ਕਰ ਸਕੀਏ, ਆਪਣਾ ਕੀਤਾ ਪਿੱਛੋਂ ਨਾ ਹੋਵੇ, ਜੋ ਹਰ ਭਾਵੇ ਤੋਂ ਰੱਖੀਏ, ਮੇਰੇ ਹਰ ਜੀਉ ਸਭ ਕੋ ਤੇਰੇ ਵਸ, ਅਸਾਂ ਜੋਰ ਨਾਹੀਂ ਜੇ ਕਿਛ ਕਰਨਮ ਸਕੇ, ਜੋ ਪਾਵੇ ਕਿਉਂ ਕਿਵੇਂ ਬਖਸ਼। ਇਸ ਲਈ ਜਿਵੇਂ ਤੈਨੂੰ ਪਾਵੇ ਤਿਵੇਂ ਤੂੰ ਬਖਸ਼ ਲੈ, ਤੂੰ ਕਿਰਪਾ ਕਰ, ਤੂੰ ਰਹਿਮਤ ਕਰ। ਸੂਈ ਰਾਗ ਦੇ ਵਿੱਚ ਇਹ ਚੌਥੇ ਪਾਤਸ਼ਾਹ ਦੇ ਮੁਖਾਰ ਬਿੰਦ ਉਚਾਰਨ ਕੀਤਾ ਹੋਇਆ ਸ਼ਬਦ ਹੈ। ਫਿਰ ਵੀ ਅਸੀਂ ਆਪਣੀ ਚਤੁਰਾਈਆਂ ਨਹੀਂ ਛੱਡਦੇ, ਸਪਸ਼ਟ ਕੀਤਾ ਹੈ, ਜਿਵੇਂ ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਸਪਸ਼ਟ ਕਰ ਦਿੱਤਾ ਹੈ ਕਿ ਤੇਰੇ ਕੋਲ ਇੱਕ ਚਤੁਰਾਈ ਨਹੀਂ, ਲੱਖਾਂ ਨਹੀਂ, ਸਿਆਣਪਾਂ ਕਿਉਂ ਨਾ ਹੋਣ, ਇੱਕ ਨਾਲ ਨਹੀਂ ਚੱਲਣਾ, ਉਸਦੇ ਅੱਗੇ ਸਿਆਣਪਾਂ ਨਾਲ ਨਹੀਂ, ਉਸਦੇ ਅੱਗੇ ਤੇ ਜਦੋਂ ਕੋਈ ਭੋਲੇ ਭਾਵ ਦੇ ਨਾਲ ਜਾਂ ਆਪਣੀ ਸਾਰੀ ਵਡਿਆਈਆਂ ਪਾਸੇ ਰੱਖ ਕੇ, ਆਪਣੇ ਜੋਰ ਤਮਾਸ਼ਾ ਨੂੰ ਪਾਸੇ ਰੱਖ, ਉਸਦੇ ਦਰ 'ਤੇ ਕੋਈ ਡਿੱਗ ਪੈਂਦਾ ਹੈ, ਟੈਬ ਪੈਂਦਾ ਹੈ, ਟੈਬ ਦੇ ਦੁਆਰੇ ਦਾ, ਜਦੋਂ ਉਸਦੇ ਦੁਆਰ 'ਤੇ ਕੋਈ ਟੈਬ ਪੈਂਦਾ ਹੈ, ਵਾਹਿਗੁਰੂ ਮੇਰੀ ਕੋਈ ਸਮਰੱਥਾ ਨਹੀਂ, ਤੂੰ ਕਿਰਪਾ ਕਰ, ਫਿਰ ਉਹ ਕੈਸੇ ਰਹਿਮਤ ਕਰਦਾ, ਕੈਸੇ ਬਖਸ਼ਿਸ਼ ਕਰਦਾ। ਕਹਿੰਦੇ ਫਿਰ ਵੀ ਅਸੀਂ ਆਪਣੀ ਚਤੁਰਾਈਆਂ ਨਹੀਂ ਛੱਡਦੇ, ਸੋਚਦੇ ਹਾਂ ਸਾਡੇ ਆਪਣੇ ਕੀਤੇ ਬਿਨਾਂ ਕੀ ਹੋ ਸਕਦਾ ਹੈ, ਸੋਚਦੇ ਹਾਂ ਸਾਡੇ ਜਿਤਨਾ ਬਲਵਾਨ ਕੌਣ ਹੈ, ਪਰ ਸਤਿਗੁਰੂ ਜੀ ਤਾਂ ਕਹਿੰਦੇ ਹਨ, ਅੱਜ ਸੂਰਾ ਜੀ ਕੋ ਆਵੇ ਪ੍ਰਭ ਕੀ ਕਲਾ ਬਿਨਾਂ ਕਹਿਤਾ ਹੈ। ਕਹਿੰਦੇ ਅੱਜ ਸੂਰਾ ਬੜਾ ਹੀ ਸ਼ੂਰਵੀਰ ਯੋਧਾ ਖਵਾਉਂਦਾ ਹੋਵੇ, ਜੇ ਵਾਹਿਗੁਰੂ ਦੀ ਤੂੰ ਕਲਾ ਖਿੱਚ ਲਵੇ ਤਾਂ ਕਿੱਥੋਂ ਤੱਕ ਦੌੜ ਲਵੇਗਾ, ਕਿੰਨੇ ਤੱਕ ਭੱਜ ਲਵੇਗਾ ਜਾਂ ਕੀ ਕਰ ਲਵੇਗਾ, ਨਹੀਂ ਨਾ ਕਰ ਸਕਦਾ। ਪਰ ਜਿੱਥੇ ਹੋਏ ਇਸ ਸ਼ਕਤੀ ਦੇ ਨਾਲ ਜੋ ਬਲ, ਜੋ ਜਿਸ ਨੂੰ ਵਾਹਿਗੁਰੂ ਨੇ ਜੋ ਗੁਣ ਬਖਸ਼ਿਆ ਹੈ, ਜੋ ਕੁਛ ਵੀ ਬਖਸ਼ਿਆ ਹੈ, ਉਸਦਾ ਜੇ ਉਹ ਨਾਲ ਨਾਲ ਸ਼ੁਕਰਾਨਾ ਕਰੇ। ਤਾਂ ਸਾਸੂ ਇੱਕ ਵਾਰੀ ਬਹੁਤ ਪਿਆਰ ਦੇ ਨਾਲ ਰਿੰਕੂ ਵੀਰ ਜੀ ਜਿਹਨਾਂ ਦਾ ਪ੍ਰੋਗਰਾਮ ਆਪਣੇ ਇੱਥੇ 23 ਜੂਨ ਨੂੰ ਹੋਣ ਜਾ ਰਹੇ, ਉਹ ਸੁਣਾ ਰਹੇ ਸਨ। ਕਹਿੰਦੇ ਇੱਕ ਵਾਰੀ ਇੱਕ ਸੇਠ ਨੇ ਨਾ, ਬਹੁਤ ਅਮੀਰ, ਵਾਹਿਗੁਰੂ ਦੀ ਕਿਰਪਾ ਹੋਈ, ਐਸੀ ਬਖਸ਼ਿਸ਼ ਹੋਈ, ਨਾਮ ਵੀ ਜਪਦਾ ਸੀ, ਮਿਹਨਤ ਵੀ ਕਰਦਾ ਸੀ, ਅਤੇ ਬਖਸ਼ਿਸ਼ਾਂ ਹੋਈਆਂ, ਰਹਿਮਤਾਂ ਹੋਈਆਂ, ਇਤਨੀ ਬਖਸ਼ਿਸ਼ ਹੋ ਗਈ, ਇਤਨੀ ਬਖਸ਼ਿਸ਼ ਹੋ ਗਈ। ਅਤੇ ਇੱਕ ਦਿਨ ਕਹਿੰਦਾ ਵੀ ਵਾਹਿਗੁਰੂ ਜੀ ਬਸ ਹੋਰ ਨਹੀਂ ਚਾਹੀਦਾ। ਇਹ ਕੋਈ ਬਿਰਲਾ ਕਹਿੰਦਾ, ਇਹ ਵੀ ਰੱਜ, ਇਹ ਰੱਜ, ਇਹ ਤ੍ਰਿਪਤੀ ਵੀ ਵਾਹਿਗੁਰੂ ਕਿਸੇ ਬਿਰਲੇ ਨੂੰ ਬਖਸ਼ਦਾ ਹੈ, ਨਹੀਂ ਤਾਂ ਹੋਰ 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 ਚਾਹੀਦਾ ਹੈ। ਬੜੇ ਬੜੇ ਰਾਜ ਤਿਨਕੀ ਤ੍ਰਿਸ਼ਨਾ ਬੁੱਝੇ, ਉਹਦੀ ਤ੍ਰਿਸ਼ਨਾ ਨਹੀਂ ਬੁੱਝਦੀ ਹੈ, ਪਰ ਕਿਸੇ ਦੀ ਤ੍ਰਿਸ਼ਨਾ ਬੁੱਝ ਜਾਵੇ, ਵਾਹਿਗੁਰੂ ਦੀ ਐਸੀ ਬਖਸ਼ਿਸ਼ ਹੋ ਜਾਵੇ। ਕਹਿੰਦੇ ਉਹ ਨਾ ਕਹਿੰਦੇ ਕਿ ਵਾਹਿਗੁਰੂ ਜੀ ਬਸ, ਉਹ ਕਿਸੇ ਨੇ ਪੁੱਛਿਆ ਤੇ ਕਹਿੰਦੇ ਬਸ ਹੁਣ ਤਾਂ ਮੇਰੀ ਤਰਫ ਕੋਈ ਪ੍ਰਮਾਤਮਾ ਨੂੰ ਕਹਿ ਦੇਵੇ, ਬਸ ਵਾਹਿਗੁਰੂ ਜੀ ਮੈਨੂੰ ਤਾਂ ਤੁਸੀਂ ਬਹੁਤ ਦੇ ਦਿੱਤਾ ਹੈ, ਬਹੁਤ ਬਹੁਤ ਦੇ ਦਿੱਤਾ ਹੈ, ਹੋਰ ਦੀ ਲੋੜ ਨਹੀਂ ਹੈ। ਹੁਣ ਕਹਿੰਦਾ ਕੋਈ ਬਿਰਲਾ ਆਖਦਾ ਹੈ, ਅਤੇ ਕਹਿੰਦੇ ਨੇ ਜਦੋਂ ਇਹ ਫਰਮਾਇਸ਼ ਸਮਝ ਲਓ, ਇਹ ਅਰਦਾਸ ਸਮਝ ਲਓ ਪਰਮਾਤਮਾ ਤੱਕ ਪਹੁੰਚੀ, ਅਤੇ ਪਰਮਾਤਮਾ ਕਹਿੰਦੇ ਠੀਕ ਹੈ। ਫਿਰ ਉਸਦੇ ਨਾਲ ਨਾਲ ਇੱਕ ਹੋਰ ਦੀ ਫਰਮਾਇਸ਼ ਪਹੁੰਚੀ, ਅਰਦਾਸ ਪਹੁੰਚੀ, ਬੇਨਤੀ ਸਮਝ ਲਓ ਹੈ ਨਾ, ਕਿ ਮੈਨੂੰ ਬਹੁਤ ਚਾਹੀਦਾ ਹੈ, ਮੇਰੇ ਕੋਲ ਬਹੁਤ ਘੱਟ ਹੈ, ਮੈਨੂੰ ਤਾਂ ਮਿਲਿਆ ਹੀ ਨਹੀਂ, ਮੇਰੀ ਤਕਦੀਰ ਮਾੜੀ ਕਿਉਂ ਹੈ, ਵਗੈਰਾ ਵਗੈਰਾ। ਕਹਿੰਦੇ ਨੇ ਪਰਮਾਤਮਾ ਨੇ ਪਤਾ ਕੀ ਜਵਾਬ ਦਿੱਤਾ, ਕਹਿੰਦੇ ਉਹਨਾਂ ਦੋਨਾਂ ਨੂੰ ਜਾ ਕੇ ਮੇਰਾ ਵੀ ਸੰਦੇਸ਼ਾ ਦੇ ਦਿਓ। ਉਹਨਾਂ ਨੇ ਮੇਰੀ ਆਪਣੀ ਅਰਜ਼ੀ ਦੱਸੀ ਹੈ ਨਾ, ਅਤੇ ਹੁਣ ਮੇਰਾ ਵੀ ਸੰਦੇਸ਼ਾ ਦੋਨਾਂ ਤੱਕ ਪਹੁੰਚਾ ਦਿਓ। ਹੁਣ ਵਿਚੋਲੀਆ ਜਿਵੇਂ ਕੋਈ ਬਣਦਾ, ਜਿਵੇਂ ਗੁਰੂ ਸਾਡੀ ਮਧਿਅਸਥਾ ਕਰਦਾ, ਅਤੇ ਸਤਸੰਗ ਜੀ ਉਹ ਕਹਿੰਦੇ ਨੇ ਜਿਹੜਾ ਕਹਿ ਰਿਹਾ ਨਾ ਹੋਰ ਨਹੀਂ ਚਾਹੀਦਾ, ਉਸ ਨੂੰ ਕਹਿ ਦਿਓ ਕਿ ਹੁਣ ਤੋਂ ਸ਼ੁਕਰਾਨਾ ਕਰਨਾ ਬੰਦ ਕਰ ਦੇ, ਅਤੇ ਗਿਲਾ ਕਰਨਾ ਸ਼ੁਰੂ ਕਰ ਦੇ, ਰੋਸ ਕਰਨਾ ਸ਼ੁਰੂ ਕਰ ਦੇ, ਮੇਰਾ ਬੰਦ ਮੈਨੂੰ ਕੀ ਦਿੱਤਾ, ਸਭ ਕੁਛ ਵਾਪਸ ਆ ਜਾਵੇਗਾ।
ਤੇ ਜਿਹੜਾ ਬੰਦਾ ਸ਼ਿਕਾਇਤ ਕਰ ਰਿਹਾ ਹੈ ਮੈਨੂੰ ਕੁਝ ਨਹੀਂ ਮਿਲਿਆ, ਮੇਰੀ ਤਕਦੀਰ ਮਾੜੀ ਕਿਉਂ ਹੈ, ਪਤਾ ਨਹੀਂ ਰੱਬ ਨੂੰ ਮੇਰੇ ਨਾਲ ਕੀ ਵਿਆ, ਮੈਨੂੰ ਕਿਉਂ ਨਹੀਂ ਦਿੱਤਾ, ਹੈ ਨਾ, ਉਹ ਜਿਹੜਾ ਕਹਿ ਰਿਹਾ ਨਾ ਉਸ ਨੂੰ ਕਹਿ ਦਿਓ ਕਿ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿਓ ਅਤੇ ਬਹੁਤ ਕੁਛ ਮਿਲ ਜਾਵੇਗਾ, ਸਾਂਭਿਆ ਹੀ ਨਹੀਂ ਜਾਣਾ ਇੰਨਾ ਮਿਲ ਜਾਵੇਗਾ। ਬਸ ਦੋ ਹੀ ਚੀਜ਼ਾਂ ਨੇ, ਜਦੋਂ ਜਿਵੇਂ ਜਿਵੇਂ ਆਪਾਂ ਘਰ ਪਰਿਵਾਰ ਵਿੱਚ ਸਮਾਜ ਵਿੱਚ ਵਿਚਰਨ ਕਰਦੇ ਹੋਏ ਜਾਂ ਅਧਿਆਤਮਿਕ ਜਗਤ ਵਿੱਚ ਵਿਚਰਨ ਕਰਦੇ ਹੋਏ, ਜਿਤਨੀ ਸ਼ਿਕਾਇਤ ਉਤਨਾ ਬੰਦਾ ਦੁਖੀ ਕਿ ਮੇਰੀ ਯੋਗਤਾ ਜ਼ਿਆਦਾ ਸੀ ਮੈਨੂੰ ਘੱਟ ਮਿਲਿਆ, ਉੱਥੇ ਹੀ ਸਤਸੰਗ ਜੀ ਉਹ ਸਾਰਾ ਕਬਾੜ ਹੋ ਜਾਂਦਾ। ਅਤੇ ਜਿੱਥੇ ਸਤਸੰਗ ਜੀ ਉਹ ਸ਼ੁਕਰਾਨਾ ਆ ਗਿਆ ਨਾ ਵੀ ਮੇਰੀ ਯੋਗਤਾ ਕੁਛ ਨਹੀਂ ਸੀ, ਮਾਲਕ ਨੇ ਬਹੁਤ ਦੇ ਕੇ ਕੁਛ ਨਵਾਜਿਆ, ਬਹੁਤ ਕੁਛ ਦੇ ਕੇ ਨਵਾਜਿਆ, ਮੇਰੀ ਮੇਰੀ ਸਮਰੱਥਾ ਨਹੀਂ ਸੀ, ਮੇਰੀ ਯੋਗਤਾ ਨਹੀਂ ਸੀ, ਮੇਰੀ ਕਾਬਲੀਅਤ ਨਹੀਂ ਸੀ, ਮੈਂ ਇਸ ਯੋਗ ਹੀ ਨਹੀਂ ਸੀ, ਅਤੇ ਮਾਲਕ ਨੇ ਤਰਸ ਕਰਕੇ ਕਿਰਪਾ ਕਰਕੇ ਰਹਿਮਤ ਕਰਕੇ ਮੈਨੂੰ ਇੰਨਾ ਕੁਛ ਦਿੱਤਾ। ਇਹ ਤਾਂ ਬਸ ਸਿੱਧੀ ਜਿਹੀ ਗੱਲ ਹੈ, ਜਿਹੜਾ ਬੰਦਾ ਸ਼ੁਕਰਾਨਾ ਕਰੇ ਕਹਿੰਦੇ ਉਹਦੇ ਕੋਲ ਤਾਂ ਆਉਣਾ ਹੀ ਆਉਣਾ, ਉਹਨੂੰ ਤਾਂ ਉਹਦੇ 'ਤੇ ਤਾਂ ਬਖਸ਼ਿਸ਼ਾਂ ਹੋਣੀਆਂ ਹੀ ਹੋਣੀਆਂ। ਅਤੇ ਜਿਹੜਾ ਬੰਦਾ ਸ਼ਿਕਾਇਤ ਕਰ ਰਿਹਾ ਉਹਦੇ ਕੋਲ ਸਭ ਕੁਛ ਜਿਹੜਾ ਕੁਛ ਹੈ ਨਾ ਉਹ ਵੀ ਘੁਸ ਜਾਣਾ। ਇਸ ਲਈ ਉਸ ਮਾਲਕ ਦੇ ਨਾਲ, ਮਾਲਕ ਦੇ ਨਾਲ ਭਾਵੇਂ ਸਮਾਜ ਵਿੱਚ ਵਿਚਰਨ ਕਰਦੇ ਹੋਏ ਜਾਂ ਪਰਿਵਾਰ ਵਿੱਚ ਵਿਚਰਨ ਕਰਦੇ ਹੋਏ, ਜਿੱਥੇ ਜਿੱਥੇ ਸ਼ੁਕਰਾਨਾ ਹੈ ਉੱਥੇ ਉੱਥੇ ਸਕੂਨ ਹੈ, ਬਰਕਤਾਂ ਨੇ, ਸਹਿਜ ਹੈ, ਸ਼ਾਂਤੀ ਹੈ। ਅਤੇ ਇਹੋ ਕੁਛ ਤਾਂ ਚਾਹੀਦਾ, ਅਸਲ ਵਿੱਚ ਚਾਹੀਦਾ ਤਾਂ ਬੰਦੇ ਨੂੰ ਇਹੋ ਕੁਛ ਹੈ, ਪਰ ਇਸ ਦੇ ਵਿਪਰੀਤ ਜਿੰਨਾ 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 ਉਹ ਸ਼ਿਕਾਇਤ ਕਰਦਾ, ਗਿਲਾ ਕਰਦਾ, ਰੋਸ ਕਰਦਾ, ਉਤਨਾ ਉਤਨਾ ਦੁਖੀ ਹੁੰਦਾ, ਹਰ ਵੇਲੇ ਕਲਪਦਾ ਰਹਿੰਦਾ, ਉਸਦੀ ਕਲਪਨਾ ਮਿਟਦੀ ਨਹੀਂ, ਉਸਦੇ ਸੰਤਾਪ ਉਹਦੀ ਚਿੰਤਾਵਾਂ ਮਿਟਦੀਆਂ ਹੈ। ਇਸ ਲਈ ਉਸ ਵਾਹਿਗੁਰੂ ਦੇ ਅੱਗੇ ਵਾਹਿਗੁਰੂ ਗੜੀਆਂ ਅਤੇ ਨਾਲ ਨਾਲ ਸਾਸਵੀ ਸ਼ੁਕਰਾਨਾ। ਕਹਿੰਦੇ ਨੇ ਬੰਦੇ ਕੋਲ ਆਪਣਾ ਕੁਛ ਵੀ ਨਹੀਂ ਹੈ, ਮਾਣ ਅਸੀਂ ਬਹੁਤ ਕੁਛ ਕਰ ਲੈਂਦੇ ਹਾਂ ਕਿ ਇਹ ਮੇਰਾ ਹੈ ਅਤੇ ਇਹ ਮੇਰਾ ਹੈ, ਪਰ ਅਸਲ ਵਿੱਚ ਬੰਦੇ ਦਾ ਆਪਣਾ ਕੁਛ ਨਹੀਂ ਹੈ, ਸਭ ਦਾਤਾਂ ਉਸ ਦਾਤੇ ਦੀਆਂ ਨੇ, ਇਹ ਤਨ ਉਸਨੇ ਦਿੱਤਾ ਹੈ, ਮਨ ਤਨ ਸਭ ਕੁਛ ਉਸ ਮਾਲਕ ਦਾ ਬਖਸ਼ਿਆ ਹੋਇਆ। ਅਤੇ ਜਿਵੇਂ ਜਿਵੇਂ ਉਸਦਾ ਸ਼ੁਕਰਾਨਾ ਕਰੇਗਾ ਤਿਵੇਂ ਤਿਵੇਂ ਕਿਸ਼ਤਾਂ ਸਹੀ ਮੁੜਦੀਆਂ ਰਹਿਣਗੀਆਂ ਅਤੇ ਹੋਰ ਵਿਸ਼ਵਾਸ ਦਾ ਪਾਤਰ ਬਣਿਆ ਰਹੇਗਾ, ਅਤੇ ਜਿਵੇਂ ਜਿਵੇਂ ਸ਼ਿਕਾਇਤ ਕਰੇਗਾ ਉਹ ਵਿਸ਼ਵਾਸ ਦਾ ਪਾਤਰ ਨਹੀਂ ਰਹਿ ਜਾਵੇਗਾ, ਅਤੇ ਜਿੱਥੇ ਵੀ ਵਿਸ਼ਵਾਸ ਦਾ ਪਾਤਰ ਨਹੀਂ ਫਿਰ ਹੋਰ ਗੱਲਾਂ ਕੀ ਹੈ। ਵਾਹਿਗੁਰੂ ਸਾਰਿਆਂ ਦੇ ਰਹਿਮਤਾਂ ਕਰੇ, ਬਖਸ਼ਿਸ਼ਾਂ ਕਰੇ, ਕੋਈ ਕਣੀ ਪਿਆਰ ਦੀ, ਹਲੀਮੀ ਦੀ, ਇੱਕ ਦੀ ਵਿਸ਼ਵਾਸ ਦੇ ਭਰੋਸੇ ਦੀ, ਸਕੂਨ ਦੀ ਸਾਡੀਆਂ ਵਿਚੋਲੀਆਂ ਵਿੱਚ ਪੈ ਜਾਵੇ, ਸ਼ੁਕਰਾਨੇ ਦੀ ਸਾਡੀ ਚੋਲੀਆਂ ਵਿੱਚ ਪੈ ਜਾਵੇ, ਜਿਸ ਸਦਕੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਪ੍ਰਭ ਆਪੇ ਦੀ ਵਿਵਸਥਾ ਬਣ ਸਕੇ, ਭੁੱਲਾਂ ਚੁੱਕਾਂ ਦੀ ਕੀ ਮਾਂ ਬਖਸ਼ਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।